अस्सलाम वालेकुम जी, अज असीं मौजूद हाँ मंडी बहावलदीन दे विच जिथे 40 एकड़ एक ऐसी जनाब फसल लगाई जा रही जिदा 1 किलो 20,000 का सेल होंदा है और उसका जिहड़ा तना है वह भी सेल होंदा, पत्ते सेल होंदे, जड़ सेल होंदी और बीज सेल होंदा है। मतलब कि एक ऐसी फार्मिंग जिहड़ी पूरी दी पूरी उसदे जिहड़ा पौधा तैयार होंदा सारा ही सेल होंदा है और हज़ारां विच सेल होंदा है, यह भी नहीं कि कोई रुपये मतलब सवां चो। और यह बड़ी मशहूर चीज़ है, यह कोई ये नहीं है कि कोई फ्रॉड धोखा नहीं है, पाकिस्तान दे विच छोड़ के दुनिया पूरी विच बड़ी मशहूर है। बेसिकली एक मेडिसनी पौधा है जिसका नाम है अक्करकरा। साडे नाल भाई मौजूद हैं, इन्हां कोलों इस दे बारे में पुछदे हां कि 40 एकड़ ला रहे हैं इत्थे मंडी बहावलदीन पूरे लेवल ते जां फार्मिंग सब तो ज्यादा फार्मिंग जिहड़ी उही कर रहे हैं। अस्सलाम वालेकुम सर, की हाल है? ठीक हो सर? मैं सरगोधा तो थोड़े कोल इत्थे आया जनाब मंडी बहावलदीन दे विच और मैं हैरान हाँ कि 40 एकड़ तुसीं फार्मिंग मंडी बहावलदीन विच कर रहे हो जी। बिल्कुल, इस तों इलावा तुसीं होर शहरां च वी अक्करकरा दी फार्मिंग कर रहे हो? इस तों इलावा साडा फार्म है हैदराबाद बदीन, 15 एकड़ असीं उत्थे कश्त कर रहे हैं। ठीक है सर जी, अक्करकरा जिहड़ा सब तों पहले दसो इह की चीज़ है? ये जिस तरह तुसीं अपने पहले जिक्र किया कि मेडिकली इहदा इस्तेमाल होंदा है या एक पिनसार वाली हकीम वाली बूटी कह सकते हो उन्हों, जिहदी हर चीज़ सेल होंदी है और बकायदा इस्तेमाल होंदी है। अगे जाके दी प्रोडक्ट मुख्तलिफ प्रोडक्ट बनदियां ने, पत्ते दा सफूफ सेल होंदा है, उस तों इलावा इहदी लक्कड़ जिहड़ी तना जिहनूं कहिंदे ने उहदा वी सफूफ सेल होंदा है। ठीक है, जड़ सेल होंदी है, बीज वी ऑलरेडी जिस तरह तुसीं जिक्र किया बीज वी सेल होंदा इहदा। अच्छा, ये आम साडे जिहड़े शहरां दे विच हैन पनसार स्टोर उहनां ते मिलदा? हर अच्छे पनसार स्टोर ते तुहानूं मिलेगा जी। ਮਾਸਿਆਂ ਦੇ ਤੋਲਿਆਂ ਵਿੱਚ ਮਿਲਦਾ ਇੱਥੇ ਦੱਸ? ਬਿਲਕੁਲ, ਬਹੁਤ ਮਹਿੰਗਾ ਮਿਲਦਾ, ਬਹੁਤ ਮਹਿੰਗਾ ਹੈ। ਅੱਛਾ ਸਰ, ਇਹ ਤੁਹਾਨੂੰ ਕਿਵੇਂ ਖਿਆਲ ਆਇਆ ਤੁਸੀਂ ਇੱਥੇ ਦੀ ਫਾਰਮਿੰਗ ਕਰ ਰਹੇ ਹੋ, ਇਹ ਇੱਥੇ ਸਾਡੀ ਜ਼ਮੀਨ ਦੇ ਵਿੱਚ ਕਾਮਯਾਬ ਹੋਏਗਾ, ਤੁਸੀਂ ਤਜਰਬਾ ਕਰ ਚੁੱਕੇ ਹੋ, ਜ਼ਰੇ ਦੇ ਬਾਰੇ ਦੱਸੋ। ਇਹ ਸਾਡੇ ਜਿਹੜੇ ਆਨਰ ਨੇ ਅਸੀਂ ਐਨਸੀ ਫਾਰਮ ਦੇ ਜਿਹੜੇ, ਉਹਨਾਂ ਦਾ ਵਿਜ਼ਨ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਡੀ ਇਸ ਦਫ਼ਾ ਗੰਦਮ ਦਾ ਵੀ ਆਮ ਰਵਾਇਤੀ ਗੰਦਮ ਦਾ ਕੋਈ ਰੇਟ ਨਹੀਂ, ਚਾਵਲ ਦੀ ਫਸਲ ਜਿਹੜੀ ਹੈ ਉਹ ਬਿਲਕੁਲ ਹੁਣ ਸੀਜ਼ਨ ਚੱਲ ਰਿਹਾ, ਤੁਹਾਡੇ ਸਾਹਮਣੇ ਮੈਂ ਕੀ ਹਾਲ ਹੈ ਕਿਸਾਨਾਂ ਦਾ। ਅਤੇ ਉਹਨਾਂ ਨੇ ਜਦੀਦ ਫਾਰਮਿੰਗ ਨੂੰ ਤਰਜੀਹ ਦਿੱਤੀ ਹੈ, ਉਹਨਾਂ ਦਾ ਵਿਜ਼ਨ ਹੈ ਕਿ ਤੁਸੀਂ ਐਸੀਆਂ ਚੀਜ਼ਾਂ ਐਡ ਕਰੋ ਆਪਣੇ ਫਾਰਮ 'ਤੇ ਜਿਹਦਾ ਕੋਈ ਡਾਇਰੈਕਟ ਇਹ ਗੌਰਮੈਂਟ ਨਾਲ ਕੋਈ ਇਸ ਤਰ੍ਹਾਂ ਦਾ ਅਟੈਚ ਨਾ ਹੋਏ ਕਿ ਅੱਜ ਰੇਟ ਕਮ ਹੋ ਗਿਆ ਜਾਂ ਇਹ ਹੋ ਗਿਆ ਵੋ ਹੋ ਗਿਆ, ਤੁਹਾਡੀ ਇੱਕ ਜਿਹੜੀ ਆਮਦਨ ਦਾ ਜ਼ਰੀਆ ਉਹ ਇੱਕ ਬੇਸਿਕਲੀ ਨਾ ਜਿਹੜਾ ਰੂਟੀਨ ਵਾਈਜ਼ ਰਹੇ। ਠੀਕ ਹੋ ਗਿਆ। ਅੱਛਾ ਸਰ, ਅੱਕਰਕਰਾ ਜਿਹੜਾ ਹੈ 1 ਏਕੜ ਦੇ ਵਿੱਚ ਤੁਸੀਂ ਕਿੰਨਾ ਬੀਜ ਲਾਉਂਦੇ ਹੋ? ਇਹ 5 ਕਿਲੋ ਅਸੀਂ ਨਾ 1 ਏਕੜ ਦੇ ਵਿੱਚ ਇਸਤੇਮਾਲ ਕਰ ਰਹੇ ਹਾਂ। 1 ਏਕੜ 'ਚੋਂ 5 ਕਿਲੋ ਸਿਰਫ ਬਰੀਕ ਬੀਜ ਹੁੰਦਾ ਇਸ ਤਰ੍ਹਾਂ? ਅੱਛਾ, ਮਸ਼ੀਨ ਦੀ ਤਰ੍ਹਾਂ ਬਿਲਕੁਲ, ਤੇ ਅਸੀਂ 1 ਏਕੜ ਵਿੱਚ 5 ਕਿਲੋ ਇਸਤੇਮਾਲ ਕਰ ਰਹੇ ਹਾਂ। ਅੱਕਰਕਰਾ ਦਾ ਜਿਹੜਾ ਬੀਜ ਹੈ ਇਹ ਸਰ ਜੀ ਤੁਸੀਂ ਕਿੱਥੋਂ ਮੰਗਾਇਆ ਹੈ? ਇਹ ਇੰਪੋਰਟ ਕੀਤਾ ਸੀ ਅਸੀਂ। ਅੱਛਾ, ਇੰਪੋਰਟ ਕੀਤਾ। ਪਾਕਿਸਤਾਨ ਦੇ ਵਿੱਚ ਆਲਰੇਡੀ ਪਹਿਲੇ ਕੋਈ ਨਹੀਂ? ਪਹਿਲੇ ਨਹੀਂ ਸੀ, ਆ ਪਿਛਲੇ 2 ਸਾਲ ਤੋਂ ਇਹਨੂੰ ਰੁਝਾਨ ਮਿਲਿਆ, ਲੋਕ ਕਸ਼ਟ ਕਰ ਰਹੇ ਨੇ, ਕਾਮਯਾਬ ਤਜਰਬੇ ਹੋ ਰਹੇ ਨੇ। ਠੀਕ ਹੈ, ਤੇ ਉਹ ਸਭ ਕੁਝ ਚੈੱਕ ਕਰਕੇ ਅਸੀਂ ਵੀ ਇਸਨੂੰ ਅੱਗੇ ਕਸ਼ਟ ਕਰ ਰਹੇ ਹਾਂ। ਇਹ ਜਿਹੜੀ ਤੁਹਾਡੇ ਕੋਲ ਅੱਕਰਕਰਾ ਦੀ ਵੈਰਾਈਟੀ ਹੈ ਕਿਹੜੀ ਹੈ? ਇੰਡੀਅਨ ਵੈਰਾਈਟੀ ਹੈ। ਅੱਛਾ, ਇੰਡੀਆ ਦੀ ਵੈਰਾਈਟੀ ਤੁਹਾਡੇ ਕੋਲ? ਠੀਕ ਹੋ ਗਿਆ ਸਰ ਜੀ। ਇਸ ਵੈਰਾਈਟੀ ਦਾ 5 ਕਿਲੋ ਬੀਜ ਤੁਸੀਂ ਲਾ ਰਹੇ ਹੋ, ਜ਼ਮੀਨ ਦੀ ਤਿਆਰੀ ਦੱਸੋ ਕਿਸ ਤਰ੍ਹਾਂ ਦੀ ਕੀਤੀ ਤੁਸੀਂ? ਜ਼ਮੀਨ ਦੀ ਤਿਆਰੀ ਦੀ, ਜ਼ਮੀਨ ਨੂੰ ਬਹੁਤ ਬਾਰੀਕ ਔਰ ਗਹਿਰਾ ਹਲ ਚਲਾਉਣਾ ਪੈਂਦਾ ਕਿਉਂਕਿ ਇਸ ਦੀ ਜੜ ਜ਼ਮੀਨ ਦੇ ਅੰਦਰ ਚੱਲਦੀ ਹੈ। ਜਿੰਨੀ ਜ਼ਮੀਨ ਨਰਮ ਬੁਰਬਰੀ ਹੋਏਗੀ ਉਨੀ ਅੱਛੀ ਦੀ ਪੈਦਾਵਾਰ ਵੀ ਅੱਛੀ ਹੋਏਗੀ, ਦੀ ਜਰਮੀਨੇਸ਼ਨ ਅੱਛੀ ਹੋਏਗੀ ਤੇ ਅੱਛੀ ਪੈਦਾਵਾਰ ਹੋਏਗੀ। ਸਰ, ਕਿਸ ਮਹੀਨੇ ਵਿੱਚ ਦੀ ਸਟਾਰਟ, ਕਿਸ ਡੇਟ ਤੋਂ ਲੈ ਕੇ ਕਿਸ ਡੇਟ ਤੱਕ ਅਸੀਂ ਕਰ ਸਕਦੇ ਹਾਂ? ਮੁxtਲਿਫ ਏਰੀਆ ਵਿੱਚ ਟੈਂਪਰੇਚਰ ਦੇ ਨਾਲ ਥੋੜਾ ਜਿਹਾ ਇਹਦਾ ਅਟੈਚਮੈਂਟ ਹੈ। ਇਹ 30 ਤੋਂ ਟੈਂਪਰੇਚਰ ਜਿਸ ਟਾਈਮ ਤੁਹਾਡੇ ਇਲਾਕੇ 'ਚ ਥੱਲੇ ਆ ਜਾਏ ਫਿਰ ਤੁਸੀਂ ਉਹਨੂੰ ਕਾਸ਼ਤ ਕਰ ਸਕਦੇ ਹੋ। ਇਹ ਤੋਂ 20 ਦੇ ਦਰਮਿਆਨ ਅੱਜ ਮਹੀਨਾ ਜਿਹੜਾ ਹੈ ਕਿਹੜਾ ਹੈ ਜਿਸ ਤੁਸੀਂ ਕਰ ਰਹੇ ਹੋ? ਇਹ ਅਕਤੂਬਰ ਦੀ ਅੱਜ 28 ਤਾਰੀਖ ਹੈ। 28 ਅਕਤੂਬਰ ਨੂੰ ਤੁਸੀਂ ਸਟਾਰਟ ਕਰ ਰਹੇ ਹੋ? ਜੀ, ਸਟਾਰਟ ਕਰ ਰਹੇ ਹਾਂ। ਤੇ ਤੁਸੀਂ ਕਿਸ ਡੇਟ ਤੱਕ ਤੁਹਾਡਾ ਮੁਕੰਮਲ ਹੋ ਜਾਵੇਗਾ? ਅਗਲੇ 10 ਦਿਨ ਦੇ ਵਿੱਚ ਅਸੀਂ ਇਨਸ਼ਾਅੱਲਾ 40 ਏਕੜ ਕੰਪਲੀਟ ਕਰ ਲਾਂਗੇ। ਅੱਛਾ, ਇਸ ਦੀ ਜ਼ਮੀਨ ਦੇ ਵਿੱਚ ਕੋਈ ਖਾਦ ਵਗੈਰਾ? DAP ਦੇ ਨਾਲ ਇਸਤੇਮਾਲ ਕਰੋ, ਪੋਟਾਸ਼ ਨੂੰ ਇਹਨੂੰ ਸੂਟ ਨਹੀਂ ਕਰਦੀ ਹੈ, ਬਾਕੀ DAP ਨੈਟਰੋ ਸਭ ਤੋਂ ਜ਼ਿਆਦਾ ਬੈਸਟ ਗੋਬਰ ਖਾਦ ਤੁਸੀਂ ਇਸਤੇਮਾਲ ਕਰ ਸਕਦੇ ਹੋ। ਠੀਕ ਹੈ, ਉਹਦੇ ਨਾਲ ਰਿਜ਼ਲਟ ਤੁਹਾਡਾ ਬਹੁਤ ਅੱਛਾ ਰਹੇਗਾ। ਜੇਕਰ ਅਗਰ ਤੁਸੀਂ ਦੂਸਰੀ ਖਾਦ ਯੂਜ਼ ਕਰਨੀ ਹੈ ਤੇ DAP ਜਾਂ ਨੈਟਰੋ ਇਸਤੇਮਾਲ ਕਰ ਸਕਦੇ ਹੋ। ਅੱਛਾ, ਇਹ ਦੱਸੋ ਤੁਸੀਂ ਕਿ ਅੱਕਰਕਰਾ ਜਿਹੜਾ ਹੈ ਇਹ ਕਿੰਨੇ ਮਹੀਨੇ ਦੀ ਫਸਲ ਹੈ, ਕਿੰਨੇ ਮਹੀਨੇ ਤਿਆਰ ਹੋ ਜਾਏਗਾ? ਇਹ 6 ਤੋਂ 7 ਮਹੀਨੇ ਦੀ ਆਮ ਫਸਲ ਗਿਣੀ ਜਾਂਦੀ ਹੈ, ਲੇਕਿਨ ਇਹਦਾ ਬੀਜ ਜਿਸ ਟਾਈਮ ਤਿਆਰ ਹੋਏਗਾ ਮਹੀਨਾ ਤੁਸੀਂ ਇਹਨੂੰ ਐਕਸਟਰਾ ਦਿਓਗੇ ਤਾਂ ਪੈਦਾਵਾਰ ਤੁਹਾਡੀ ਹੋਰ ਬੈਸਟ ਹੋਏਗੀ, ਬੀਜ ਅੱਛਾ ਤਿਆਰ ਹੋਏਗਾ ਔਰ ਜੜ ਦੀ ਵੀ ਕੁਆਲਿਟੀ ਅੱਛੀ ਹੋਏਗੀ। ਬੀਜ ਤੁਹਾਨੂੰ ਫਲਾਵਰਿੰਗ ਦੀ ਸ਼ਕਲ ਦੇ ਵਿੱਚ ਹੁੰਦਾ, ਕਿਸ ਤਰ੍ਹਾਂ ਹੁੰਦਾ ਬੀਜ? ਜੀ ਬਿਲਕੁਲ, ਫਲਾਵਰਿੰਗ ਦੀ ਸ਼ਕਲ ਵਿੱਚ ਹੁੰਦਾ। ਅੱਛਾ, ਇਸ ਦੇ ਬੀਜ ਨੂੰ ਕਿਸ ਤਰ੍ਹਾਂ ਤਿਆਰ ਕਰਦੇ ਹੋ? ਉਸ ਤੋਂ ਚੁਣਾਈ ਕਰਨੀ ਪੈਂਦੀ ਹੈ ਬੀਜ ਨੂੰ, ਉਸ ਤੋਂ ਅੱਛਾ ਬੀਜ ਉਤਾਰ ਕੇ ਫਿਰ ਉਹਨੂੰ ਖੁਸ਼ਕ ਕਰ ਲਓ। ਅੱਛਾ, ਤੇ ਉਸ ਤੋਂ ਬਾਅਦ ਬੀਜ ਤੁਹਾਡਾ ਬਿਲਕੁਲ ਤਿਆਰ ਹੈ। ਉਸ ਨੂੰ ਕੋਈ ਤੁਸੀਂ ਦਵਾਈ ਲੈਂਦੇ ਹੋ, ਕੋਈ ਪਾਣੀ ਦਿੰਦੇ ਹੋ? ਕਿਸੇ ਜਿਸ ਟਾਈਮ ਇਹਨੂੰ ਕਾਸ਼ਤ ਕਰਨਾ ਹੈ ਫਿਰ ਇਹਨੂੰ ਬਾਰੀਕ ਕਰਕੇ ਹਲਕਾ ਜਿਹਾ ਕੋਈ 2 ਘੰਟੇ ਵਾਸਤੇ ਪਾਣੀ 'ਚ ਇਹਨੂੰ ਭਿਗੋ ਕੇ ਰੱਖੋ, ਫਿਰ ਉਹਦੀ ਜਰਮੀਨੇਸ਼ਨ ਅੱਛੀ ਹੁੰਦੀ ਹੈ।
काश्त वास्ते, वैसे बीज की तैयारी वास्ते वैसे तो जरूरत नहीं है किसी। इतना बरीक बीज है किवें फिर इस कुछ चीज़ मिलावट भी करते हो या कोई चीज़ इस ना छट्टे वास्ते वैसे कोई जरूरत नहीं है, लेकिन अपनी सहूलत वास्ते मिट्टी रेत मिक्स कर सकते हैं। अगर 5 किलो बीज है तुहाडा, तुसीं उहदे च 5 किलो या 7 किलो रेत या मिट्टी मिक्स कर लो, फिर तुहाडी एवरेज अच्छी रहेगी कि बीज तुहाडा एकड़ ते कंप्लीट छट्टा अच्छा हो जाएगा। ठीक है। और बीजन के टाइम जो उत्ते मिट्टी वगैरह बिल्कुल हल्की, कोई सुहागा वगैरह या इस तरह की चीज़ नहीं देनी। बैड बनाए रहे जिस तरह तुम देख रहे हो, इस तो चौड़े बैड भी बना सकते हो, साढ़े को 1.5 तो 2 फुट का बैड है, 2.5-3 फुट का बैड भी तैयार कर सकते हो। इस वाटर चैनल है जी बिल्कुल। अच्छा, पानी जो तुम लाओगे इस वाटर चैनल के पानी लगेगा उत्ते बैड दे, इसनो बैड चाहिए पानी ना आए तो ज़्यादा बेस्ट है, इनू साली सलाबा मिले जी। माशाल्लाह बड़ी गल है सर। ये जो थोड़े को तैयार होएगा, क्या इसका बीज तुम लोगों को सेल करोगे? जी बिल्कुल, असं इतने ज़्यादा लैवल से कष्ट कर रहे हैं, सिर्फ यही साड़ी सोच है कि असं इसका इस नैक्सट सीजन में सीड भी सेल करिए, जड़ भी सेल होएगी इंशाल्लाह। सर 40 एकड़ तुम सीड ला रहे हो, अपनी लोकेशन दसो, लोग आखनगे कि जी 40 एकड़ नहीं है, अगर कोई बंदा आके वेखना चाहे तो किस जगह पे आके वेख सकदा? जी बिल्कुल, जिला मंडी भवन दे पिंड चलियां लावे रोड के नाल बिल्कुल साड़ा फार्म है, CNC फार्म दे ना तो साडा फार्म है, और दियाना में चौधरी नासर इकबाल साहब MNA जिला मंडी बावदीन दे जी। अच्छा सर, अपना व्हाट्सएप नंबर दे दियो जिस ते कोई थोड़े नाल दोस्त राबता करके अगर सीड लेना चाहते हैं या इसकी कोई इनफॉर्मेशन लेना चाहते हैं तो जरा ले लो। मेरा नंबर 0345-044-1105 जी। रुखसार भाई बहुत शुक्रिया कीमती टाइम का। लो जी दोस्तों, यह फसल क्रॉप पाकिस्तान पंजाब के शहर इस मंडी बावलदीन जी ला रहे हो, और अल्हम्दुलिल्लाह माशाल्लाह 40 एकड़ की फसल और उसकी मेहनत और लेबर माशाल्लाह बड़े जबरदस्त तरीके नाल काम कर रही है। इंशाल्लाह जदों तैयार होएगी लम्हा असी जनाब अपने पेज पर इसकी वीडियो भी लावांगे कि कितनी दी एवरेज आती है, की हिसाब होंगे, इंशाल्लाह वो भी असी इस दसते रहेंगे। साडे पेज नूं फॉलो कर लो और वीडियो नूं लाजमी शेयर करना। तुसी अगर इनफॉर्मेशन कोई लेना चाहते हो मजीद, तो रुखसार भाई का नंबर स्क्रीन पर मौजूद है, उस पर राबता कर लो और इंशाल्लाह पूरी इनफॉर्मेशन देंगे। अमीर मोहम्मद चंद्र चांदा इजाजत, मिलते अगली वीडियो, तब तक अल्लाह हाफिज़।